ਮੇਰਾ ਨਾਮ ਭਾਈ ਮਨਜੀਤ ਸਿੰਘ ਹੈ। ਮੈਂ ਇੱਥੇ ਧੀਰੇ ਲਾਡੋ ਚੱਕ ਤੋਂ। ਸਹੀ ਹੈ ਜਿਹੜੀ ਤੁਸੀਂ ਚੇਅਰ ਤੇ ਹੋਰ ਕੀ ਕਾਰੋਬਾਰ ਕਰਦੇ ਹੋ ਉਹਦੇ ਨਾਲ ਜੀ ਇਸ ਤੇ? ਭਾਈ ਮੈਂ ਜ਼ੋਮੈਟੋ ਦਾ ਕੰਮ ਕਰਦਾ ਤੇ ਮੈਨੂੰ ਚੇਨਈ ਦੀ ਇੱਕ ਫਾਊਂਡੇਸ਼ਨ ਹੈਗੀ ਐਚਟੀ ਪਾਰਕ, ਉਹਨਾਂ ਨੇ ਸਾਨੂੰ ਹੈਲਪ ਕੀਤੀ। ਉਹਨਾਂ ਨੇ ਆ ਵੀਲਚੇਅਰ ਦਿੱਤੀ ਹੈ ਜਿਹੜੀ ਸਕੂਟੀ ਦਾ ਵੀ ਕੰਮ ਕਰਦੀ ਹੈ, ਤੇ ਉਹਨਾਂ ਨੇ ਨਾਲ ਹੀ ਕੰਮ ਦਿੱਤਾ ਸਾਨੂੰ ਤੇ ਕੰਮ ਕਰੀਦਾ ਆਪਣਾ। ਪਰਿਵਾਰ 'ਚ ਮੈਂ ਤੇ ਮੇਰੇ ਮੰਮੀ ਹੈ ਬਸ। ਇਹੀ ਭਾਈ ਮੇਰਾ ਐਕਸੀਡੈਂਟ ਹੋਇਆ ਸੀ ਕੰਮ 'ਤੇ। ਮੈਂ ਟਫਨ ਗਲਾਸ ਸ਼ੀਸ਼ੇ ਦਾ ਕੰਮ ਕਰਦਾ ਸੀ, ਪੂਰਾ ਕਰੇਟ ਮੇਰੇ ਉੱਤੇ ਫਟਿਆ, ਉਹਦੇ ਕਰਕੇ ਰੀੜ ਦੀ ਹੱਡੀ ਟੁੱਟ ਗਈ ਤੇ ਉਹਦੇ ਕਰਕੇ ਲੱਕ ਤੋਂ ਥੱਲੇ ਤੇ ਚੂੜੇ ਤੋਂ ਥੱਲੇ ਤੋਂ ਕੋਈ ਪਤਾ ਨਹੀਂ ਲੱਗਦਾ। ਕਿੰਨੇ ਚਿਰ ਪਹਿਲਾਂ ਹਾਦਸਾ ਹੋਇਆ? ਇਹੀ 8 ਸਾਲ ਪਹਿਲਾਂ ਮੈਨੂੰ ਹਾਦਸਾ ਹੋਇਆ। ਕੰਮ ਕਰ ਰਹੇ ਲੋਕਾਂ ਦਾ ਕਿੱਦਾਂ ਦਾ ਲੋਕ ਸੀ ਸਹਿਯੋਗ ਮਿਲਦਾ? ਵਧੀਆ ਭਾਈ, ਵਧੀਆ ਲੱਗਦਾ। ਜਾਂਦੇ ਜਾਂਦੇ ਲੋਕੀ ਸਲਾਮ ਕਰਦੇ ਆ ਕਿ ਐਪਰੀਸ਼ੀਏਟ ਕਰਦੇ ਆ ਕਿ ਵਧੀਆ ਕੰਮ ਕਰ ਰਹੇ ਹੋ ਤੁਸੀਂ। ਕਿਸ ਤਰ੍ਹਾਂ ਕਾਰੋਬਾਰ ਫਿਰ ਆਪਣਾ ਤੁਸੀਂ ਸ਼ੁਰੂ ਕੀਤਾ ਹੈ? ਕਾਰੋਬਾਰ ਭਾਜੀ ਆਹੀ 4 ਕੁ ਮਹੀਨੇ ਹੋਇਆ ਮੈਨੂੰ ਇਹ ਮਿਲੀ ਨੂੰ, ਤੇ ਉਹਨਾਂ ਨੇ ਹੀ ਕੰਮ ਦਿੱਤਾ ਸੀ ਕਿ ਨਾਲੇ ਕੰਮ ਕਰੋ ਆਪਣਾ ਤੇ ਨਾਲੇ ਆਪਣੀ ਡੇਲੀ ਦੀ। ਹਾਂ, ਜਿਹੜਾ ਆਰਡਰ ਦੇ ਜਾਂਦੇ ਹੋ ਕਿਤੇ ਕੋਠੇ ਤੇ ਜਾਂ ਦੁਕਾਨ ਤੇ ਜਾਂਦੇ ਕਿਤੇ ਲੋਕੀ ਤੁਹਾਨੂੰ ਕਰਦੇ ਨੇ ਸੇਵਾ? ਨਹੀਂ ਭਾਈ, ਕੁਝ ਨਹੀਂ, ਕੋਈ ਪ੍ਰੋਬਲਮ ਨਹੀਂ ਆਂਦੀ ਵੈਸੇ ਤੇ ਫੋਨ ਕਰ ਦਈਦਾ ਵਾ, ਕਸਟਮਰ ਵੀ ਆ ਕੇ ਲੈ ਜਾਂਦਾ ਵਾ, ਰੈਸਟੋਰੈਂਟ ਵਾਲੇ ਵੀ ਆ ਕੇ ਫੜਾ ਜਾਂਦੇ ਆ, ਅਸੀਂ ਸਿਰਫ ਡਿਲੀਵਰ ਕਰਨ ਜਾਣਾ ਹੁੰਦਾ। ਆਪ ਵੀ ਯੂਟਿਊਬ ਕੀ ਮੈਸੇਜ ਦੇਣਾ ਚਾਹੁੰਦੇ ਜਿਹੜਾ ਦੇ ਹੱਥ ਪੈਰ ਸਲਾਮਤ ਤੇ ਔਰ ਨਸ਼ੇ ਦੇ ਵਿੱਚ ਪਏ ਨੇ? ਭਾਈ ਜਿਹੜੇ ਨਸ਼ਿਆਂ 'ਚ ਤੇ ਉਹਨਾਂ ਨੂੰ ਕਹਿਣਾ ਚਾਹੁੰਦਾ ਇੱਕੋ ਹੀ ਗੱਲ ਕਿ ਕੰਮਕਾਰ ਕਰੋ, ਆਪਣਾ ਘਰ ਬਾਰ ਦੇਖੋ, ਇਸ ਤੋਂ ਵੱਧ ਕੇ ਹੋਰ ਕੁਛ ਵੀ ਨਹੀਂ ਗਾ। ਹਾਦਸਾ ਹੋਣ ਤੋਂ ਬਾਅਦ ਆਪਣੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ? ਗੁਜ਼ਾਰਾ ਭਾਜੀ ਇਸ ਤਰ੍ਹਾਂ ਮੰਮੀ ਸਿਲਾਈ ਦਾ ਕੰਮ ਕਰਦੇ ਰਹੇ ਥੋੜ੍ਹਾ ਬਹੁਤਾ ਤੇ ਫਿਰ ਉਹ ਕਰਦੇ ਸੀ। ਮੈਂ ਤੁਹਾਨੂੰ ਪਤਾ ਬੈੱਡ 'ਤੇ ਬੈੱਡ ਰਿਟਰਨ ਹੋਣ ਨਾਲ ਕੋਈ ਕੰਮ ਤਾਂ ਕਰ ਨਹੀਂ ਸਕਦਾ ਜੀ।